ਸਾਡਾ ਸੰਗੀਤ ਪਰਿਵਾਰ ਕਿਆ ਬਾਤ ਹੈ ਜੀ, ਸੋਨਾ ਦੀ ਟਿਊਨਾਂ ਉਹ ਵੀ ਜ਼ਰੂਰੀ ਹੈ ਜੀ।
è così. ਬਾਬਾ ਗੁਰਦਿਆਲ ਸ਼ਾਹ ਜੀ ਉਹਨਾਂ ਨੂੰ ਬਹੁਤ ਜੀ ਆਇਆ ਕਹਿੰਦੇ ਹਾਂ ਮੇਜਰ ਸ਼ਾਹ ਜੋ ਕਿ ਸਾਡੇ ਦਵਾਈ ਆ
ਜਾਂਦਾ ਬਣ ਜਾਂਦਾ ਪੌੜਾ ਹਾਰੀਆ ਬਣ ਜਾਂਦਾ ਪੌੜਾ ਹਾਰੀਆ ਬਣ ਜਾਂਦਾ ਪੌੜਾ ਹਾਰੀਆ ਬਾਬਾ ਇਸ਼ਿਆ ਧਾਰੀਆ ਬਣ ਜਾਂਦਾ ਪੌੜਾ ਹਾਰੀਆ ਬਣ ਜਾਂਦਾ ਪੌੜਾ ਹਾਰੀਆ ਬਣ ਜਾਂਦਾ ਪੌੜਾ
ਅੱਜ ਜਹਾਨ ਵਿੱਚੋਂ ਰਾਜਪੂਤ ਕਠੋਰ ਜਵਾਨ ਸੂਰੇ ਅੱਗੋਂ ਕੱਢ ਤਲਵਾਰ ਮਿਆਨ ਵਿੱਚੋਂ ਜਦੋਂ ਉਸ ਮਕਾਨ ਦੇ ਗਏ ਮੂਹਰੇ ਦਿਲ ਧੜਕਦੇ ਤੇ ਘਬਰਾਉਣ ਵਿੱਚੋਂ ਨਾਗਾ ਦੇ ਨਾਲ ਜੰਗ ਕਰਨ ਵਾਸਤੇ ਉਧਰੋਂ ਤੱਖੀ ਨਾਗ ਨੇ 72 ਬਾਦਸ਼ਾਹੀਆਂ ਨੂੰ ਹੁਕਮ ਦੇ ਦਿੱਤਾ ਕਿ ਜਿਹੜੇ ਜਵਾਨ ਆਉਂਦੇ ਆ ਇਹਨਾਂ ਦੇ ਗਲਾਂ ਨੂੰ ਜੂਠ ਪਾ ਕੇ ਲੱਤਾਂ ਨੂੰ ਜੂਠ ਪਾ ਕੇ ਖਤਮ ਕਰ ਦਿਓ ਨਾ ਸਫਾਈਆਂ ਦੇ ਨਾਲ ਨਾਗਾ ਦਾ ਜੰਗ ਕਿਸ ਤਰ੍ਹਾਂ ਹੁੰਦਾ ਹੈ ਇਹ ਰੱਖੋ ਨੂਰੀ ਚਿਰ ਤੇ ਨੂਰ ਦੀ ਪਵੇ ਪਰਖਾ ਉਹ ਚੰਨ ਚਮਕਦਾ ਜਿਵੇਂ ਅਸਮਾਨ ਉੱਤੇ ਰੱਬੀ ਬਾਣੀ ਰਸੂਲ ਦੀ ਯਾਦ ਉਹਦੇ ਲਿਖੇ ਹੋਏ ਜੇ ਅਰਫ ਕਰਾਨ ਉੱਤੇ ਸੋ ਬਾਬਾ ਜੀ ਕਿਉਂਕਿ 3-4 ਮਿੰਟ ਦਾ ਗੀਤ ਆਪਣਾ ਇੰਨਾ ਲੰਬਾ ਗੀਤ ਨਹੀਂ ਹੁੰਦਾ ਰੱਬੀ ਦਰਬਾਰ ਪ੍ਰਬੰਧਕ ਮੇ
कमेटी पंजाब जिसका कि थोड़े ही दिनों उद्घाटन किया जाना है, जिसका छेती ही उद्घाटन किया जाएगा। सो साडे नाल बाबा पाल सिंह जी विशेष सहयोग दे रहे ने, इन्हों बाबा पाल सिंह जी नाल संपर्क कर सकते हैं, सारयां दा स्वागत है। सो अज बाबा पाल सिंह जी दे साहिबजादों द्वारा फिर बेनती है कि सूफियाना दरगाह प्रबंधक कमेटी पंजाब जिस दे विच पहला ये सारे मैंबर साहबान अहुदेदार काम कर, सो फिर दोबारा बेनती है कि कोई फकीर साहबान साड़ी इस संस्था के नाल जुड़ना चाहता है जो कि एक निरोल धार्मिक संस्था है, उन्होंने सरताज दारा के नाम अमीरा दे दीपे बढ़ते ने सदा फकीर ने सरबजीत कौर जी और दरबार नकोदर तो बाबा कलवाशी पिंडी उस दरबार के गद्दी नशी साई अश्विनीदास पुरासी टी वी चैनलों पर नवाजते हो जिहड़ा कदी गल करदा है कि साइया का मेला आया, साइया का मेला आया शरदा दे लड़ जाओ मिया के दरते हाजरी भर दे हो दरते हाजरी भर दे तन तन यारा पीर जी
ਕਿਸੇ ਸ਼ਹਿਰ ਨੇ ਲਿਖਿਆ, ਕਿਉਂਕਿ ਸਾਡੇ ਲੋਕਾਂ ਨੇ ਉਹ ਨਾਂ ਇਹੋ ਜਿਹੇ ਰੱਖੇ ਸਨ। ਕੋਈ ਸ਼ੂਦਰ ਕਹਿੰਦਾ ਸੀ, ਕੋਈ ਭੀਲ ਕਹਿੰਦਾ ਸੀ, ਕੋਈ ਭੰਗੀ ਕਹਿੰਦਾ ਸੀ, ਕੋਈ ਦਲਿਤ ਕਹਿੰਦਾ ਸੀ, ਪਰ ਉਹਨਾਂ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ। ਨੂਰਪੁਰੀ ਸਾਹਿਬ ਬਈ ਜਿਹੜਾ ਹੀਰਾ ਹੈ ਉਹ ਤਾਂ ਢੇਰ ਤੇ ਵੀ ਪਿਆ ਹੋਵੇ ਤਾਂ ਉਹ ਵੀ ਚੜ੍ਹ ਪਿੱਛੇਦਾਰੀ ਜੀ। ਔਰ ਜਿੰਨੀਆਂ ਵੀ ਸੰਗਤਾਂ ਦੇ ਦਰਬਾਰ ਵਿੱਚ ਪਹੁੰਚੀਆਂ, ਬੜੇ ਭਾਗਾਂ ਵਾਲੇ ਆ, ਬੜੇ ਕਿਸਮਤ ਵਾਲੇ ਆ। ਮੈਂ ਗਾਉਣ ਵਾਲਾ ਨਹੀਂ ਬਣ ਕੇ ਆ, ਗੋਤ ਕਹਿੰਦੇ ਸੱਪਾ ਸਿੰਘਾਂ ਨੂੰ ਪਿਆਰਾ ਮੇਰੀ ਜੱਟ ਕੋ। ਔਰ ਬੁਲੰਦਾ ਵਾਲੇ ਸਾਡੇ ਸਾਈ ਮਹਿੰਦਰ ਮੌਜੀ ਜੀ ਰਾਜਪੁਰੀ ਕਰੇ। ਉਹ ਬਾਬੇ ਇੱਛਿਆ ਧਰੀ ਦਰਬਾਰ ਤੇ ਜਾਣਾ ਸੀ, ਫਿਰ ਤੂੰ ਮੈਨੂੰ ਵੇਹਣੇ ਮਾਰ ਲਾ ਸੀ ਗੱਲ ਕੀ। ਮੈਂ ਕਿਹੜਾ ਫਿਰ ਦੇਖਣ ਦੇ ਜਾਂ ਮੈਂ ਕਿਹੜਾ ਠੇਕੇ ਨੂੰ ਤੁਰਿਆ ਜਾਂਦਾ, ਕਿਉਂਕਿ ਬਾਬੇ ਜੀ ਦਾ ਫੋਨ ਆਇਆ ਸੀਗਾ ਅੱਜ ਮੇਲਾ ਜਾਣਾ ਨੀ। ਮੈਂ ਕਿਹਾ ਚੱਲ ਫਿਰ, ਮੈਂ ਤਾਂ ਪਹਿਲਾਂ ਹੀ ਤਿਆਰ ਹੈ, ਟਾਈਮ ਤਾਂ ਸੀਜ਼ਨ ਨੇ ਲਾਉਣਾ। ਟਿਊਨਕ ਜਿਹੜੀ ਆ ਇਹ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ, ਪਰਿਵਾਰ ਦੀ ਟਿਊਨਕ ਵੀ ਜ਼ਰੂਰੀ ਹੈ, ਸਾਡੀਆਂ ਦੀ ਟਿਊਨਕ ਵੀ ਜ਼ਰੂਰੀ ਹੈ, ਔਰ ਮੰਤਰੀਆਂ ਦੇ ਅਫਸਰਾਂ ਦੀ ਟਿਊਨਕ ਦੀ ਬੂਟੀ ਮੇਰੇ ਮਨ ਮੁਰਸ਼ਦ ਵਿੱਚ ਲਾਈ ਹੂ ਜੁਗ ਜੁਗ ਜੀਵੇ ਮੇਰਾ ਮੁਰਸ਼ਦ ਸੋਹਣਾ।
ਦੇ ਨਾਲ ਬਾਬਾ ਗੁਰਦਿਆਲ ਜੀ ਮਾਲਵੀ ਹੈ ਜਿਹਨੇ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ। ਜਿਹੜੇ ਪ੍ਰੇਮ ਕਰਨ ਵਾਲੇ ਇਨਸਾਨ ਹੈ ਉਹ ਮਾਲਕ ਨੂੰ ਪਾ ਲੈਂਦੇ ਆ। ਉਹ ਬਾਬਾ ਜੀ ਕਹਿੰਦੇ ਰੁਕ ਜਦੋਂ ਮੈਂ ਉਹਨਾਂ ਦਾ ਕਰ ਦੋ ਕਹਿੰਦੇ ਮੈਂ ਹੁਣ ਕਰ ਦਿੰਦਾ ਤੁਮੀ ਆੜੇ ਜਗ ਖੱਟਿਆ ਦੱਸ ਕਿਨੇ ਦਰਬਾਰ ਕੀ